ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਤੁਸੀਂ ਪਹਿਲੀ ਵਾਰ ਕਦੋਂ ਮਿਲਦੇ ਹੋ ਜਾਂ ਇਹ ਕੇਸ ਦੇ ਨਾਲ ਤੁਹਾਡਾ ਕੀ ਸੰਬੰਧ ਹੈ? ਡਿਪਟੀ ਚ ਆ ਕੇ ਉਹਨੂੰ ਜਗਰਾਉਣ ਲੈ ਗਈ, ਜਗਰਾਉਣ ਜਾ ਕੇ ਉੱਥੇ ਜਾ ਕੇ ਸੀਗੇ ਸਟਾਫ ਦੇ ਬੱਚੇ ਉਹਨੂੰ ਲੈ ਗਏ ਅਤੇ ਉਹਨੂੰ ਧੱਕਾ ਦੇਖੋ ਸਿੱਟੇ ਜਾ ਕੇ ਅਤੇ ਮੈਂ ਵੇਖਿਆ, ਮੈਂ ਕਿਹਾ ਤਾਂ ਜਥੇਦਾਰ ਕੌਂਕੇ ਸਾਹਿਬ ਹੈ ਤਾਂ, ਅਤੇ ਉਹਨਾਂ ਦੇ ਸਰੀਰ ਦੇ ਉੱਤੇ ਇੰਨੇ ਜ਼ਖਮ ਅਤੇ ਨਿਸ਼ਾਨ ਸੀਗੇ ਮੈਂ ਬਿਆਨ ਨਹੀਂ ਕਰ ਸਕਦਾ। ਦੇਖ ਕੇ ਉਹ ਛੁੱਟ ਕੇ ਮੈਂ ਪਾਣੀ ਹੋਇਆ ਵੀ ਉਹਨੂੰ ਲਿਆ ਕੇ ਉਹਨਾਂ ਨੇ ਉਸੇ ਵੇਲੇ ਲੱਤਾਂ ਉਹਨੇ ਝੋਲੀਆਂ ਖੱਤੀਆਂ ਹੈ, ਮੈਂ ਉਹਦੇ ਸਾਹਮਣੇ ਬਰਾਂਡ 'ਚ ਬੈਠਾ ਸੀਗਾ ਤਾਂ ਉਹਨਾਂ ਦੀਆਂ ਐਂ ਕਰਕੇ ਉੱਠੇ ਆ ਦੋਵੇਂ ਬੂਟੇ ਪਰਾਂ ਬੰਨ ਲਏ, ਮੋਟਾ ਏਡਾ ਟੋਟਾ ਮੋਟਾ ਸੀ ਜਿਵੇਂ ਗਿਰਲੀ ਗਿਰਲੀ ਹੁੰਦੀ ਹੈ, ਦੋ ਇੱਧਰ ਚੜ ਗਏ ਦੋ ਇੱਧਰ ਚੜ ਗਏ, ਐਂ ਵਿਹਲੀ ਗਏ ਉਹ ਐਂ ਵਿਹਲੀ ਗਏ, ਮੂੰਹ ਦੇ ਵਿੱਚ ਨਾ ਖੁੱਲ੍ਹਾ ਜੋ ਐਂ ਲੱਭਦੇ ਆ ਪਾਠ ਕਰਦੇ ਹੁੰਦੇ ਆ, ਐਂ ਬੋਲੇ ਹੁੰਦੇ ਅਗਲੇ ਦਿੰਦੇ ਉਹਨਾਂ ਦੇ, ਪਰ ਹੋਰ ਕੁਛ ਨਹੀਂ ਦਿੰਦਾ ਸੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਜਥੇਦਾਰ ਗੁਰਦੇਵ ਸਿੰਘ ਕੌਂਕੇ ਕੇਸ ਦੇ ਨਾਲ ਜੁੜਿਆ ਵਾ ਅਹਿਮ ਸ਼ਖਸ ਇੱਕ ਹਰਚੰਦ ਸਿੰਘ, ਅੱਜ ਪਹਿਲੀ ਵਾਰ ਤੁਹਾਡੀ ਨਜ਼ਰ ਕਰ ਰਹੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹ ਇਸ ਟਾਈਮ ਭਾਰਤ ਦੇ ਵਿੱਚ ਨਹੀਂ ਮੌਜੂਦ, ਬਾਹਰਲੀ ਕੰਟਰੀ ਦੇ ਵਿੱਚ ਮੌਜੂਦ ਨੇ, ਪਰ ਜੋ ਕੁਛ ਹਰਚੰਦ ਸਿੰਘ ਨੂੰ ਪਤਾ ਗਾ ਜਾਂ ਜਿੱਥੇ ਵੀ ਰਿਪੋਰਟ ਦੀ ਆਪਾਂ ਗੱਲ ਕਰ ਲਈਏ, ਬੀਪੀ ਤਿਵਾੜੀ ਦੀ ਗੱਲ ਕਰ ਲਈਏ ਜਾਂ ਹੋਰ ਗੱਲਾਂ ਦੀ ਗੱਲ ਕਰ ਲਈਏ ਜਿਹੜੀਆਂ ਜਥੇਦਾਰ ਕੌਂਕੇ ਦੇ ਨਾਲ ਜੁੜੀਆਂ ਹੋਈਆਂ, ਉੱਥੇ ਹਰਚੰਦ ਸਿੰਘ ਦਾ ਅਹਿਮ ਨਾਮ ਆਉਂਦਾ ਗਾ। ਉਹ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਹਰਚੰਦ ਜੀ ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਰਚੰਦ ਜੀ, ਸਭ ਤੋਂ ਜਿਹੜਾ ਪਹਿਲਾਂ ਮੇਰਾ ਸਵਾਲ ਆ, ਮੈਂ ਇਹੀ ਪੁੱਛਣਾ ਚਾਹੂੰਗਾ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਤੁਸੀਂ ਪਹਿਲੀ ਵਾਰ ਕਦੋਂ ਮਿਲਦੇ ਹੋ ਜਾਂ ਇਹ ਕੇਸ ਦੇ ਨਾਲ ਤੁਹਾਡਾ ਕੀ ਸੰਬੰਧ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਗੁਰਦੁਆਰੇ ਸਾਡਾ ਘਰ ਦੇ ਮੂਹਰੇ ਗੁਰਦੁਆਰਾ ਪਿੰਡ ਦੇ ਸਾਡੇ ਸਾਹਮਣੇ ਘਰ ਦੇ, ਉੱਥੇ ਬਹੁਤ ਸੱਤਿਆਂ ਦਾ ਅਖੰਡ ਪਾਠ ਚੱਲ ਰਿਹਾ ਸੀ, ਦਸਵੇਂ ਪਾਤਸ਼ਾਹ ਦੇ ਗੁਰਪੁਰਬ ਦਾ ਸੰਬੰਧ ਚੱਲ ਰਿਹਾ ਸੀ, ਅੱਜ ਕੱਲ੍ਹ ਦੇ ਦਿਨ ਸੀਗੇ ਜੀ, ਅਤੇ ਉੱਥੇ ਮੈਨੂੰ ਤੜਕੇ ਤਕਰੀਬਨ 3 ਵਜੇ ਉੱਥੇ ਪੁਲਿਸ ਆਪਣੇ ਸਾਡੇ ਘਰ ਆਈ ਅਤੇ ਆ ਕੇ ਉਹਨਾਂ ਨੇ ਕਿਹਾ ਮੇਰਾ ਨਾਂ ਲੈ ਕੇ ਆਵਾਜ਼ ਮਾਰੀ ਖੜਕਾਇਆ ਬਾਹਰ, ਅਤੇ ਘਰਦਿਆਂ ਨੇ ਕਿਹਾ ਵੀ ਉਹ ਗੁਰਦੁਆਰੇ ਸਾਹਮਣੇ ਸੇਵਾ ਕਰਦੇ ਉੱਥੇ ਹੈ ਜੀ, ਉੱਥੇ ਇਹ ਪੁਲਿਸ ਵਾਲੇ ਜਾ ਕੇ ਬਾਹਰ ਜਾ ਕੇ ਕਿਸੇ ਨੂੰ ਭੇਜਿਆ ਵੀ ਜਾ ਕੇ ਉਹਨੂੰ ਲੈ ਕੇ ਆਓ ਜੀ, ਉੱਥੇ ਜਾ ਕੇ ਮੈਂ ਉਹਨੂੰ ਸੰਗਤ ਚੋਂ ਕਿਸੇ ਨੇ ਕਿਹਾ ਵੀ ਤੈਨੂੰ ਬਾਹਰ ਪੁਲਿਸ ਵਾਲੇ ਬੁਲਾਉਂਦੇ ਆ ਜੀ, ਮੈਂ ਆਖਿਆ ਵੀ ਮੈਂ ਕਿਹਾ ਮੈਂ ਬਾਹਰ ਹੋਣਾ ਕੋਈ ਗੱਲ ਨਹੀਂ, ਮੈਂ ਬਾਹਰ ਆ ਗਿਆ ਤੇ ਬਾਹਰ ਆ ਕੇ ਮੈਂ ਆ ਕੇ ਜਦੋਂ ਮੇਰੇ ਨਾਲ ਆਏ ਸੰਗਤ ਦੇ ਕਾਫੀ ਬੰਦੇ ਸੀਗੇ, ਉਹਨਾਂ ਨੇ ਆਖਿਆ ਐਡੀ ਕਿਹੜੀ ਗੱਲ ਹੋ ਗਈ ਜਿਹੜਾ ਇਹਨੂੰ ਹਰਚੰਦ ਸਿੰਘ ਨੂੰ ਲੈਣ ਆਏ ਆ ਜੀ, ਉਹ ਆ ਕੇ ਜਦੋਂ ਆ ਕੇ ਉਹਨਾਂ ਨੇ ਪੁੱਛਿਆ ਵੀ ਦੱਸੋ ਤੁਸੀਂ ਵੀ ਕਿਉਂ ਲੈਣ ਆਏ ਇਹਨੂੰ, ਉਹ ਸਾਡੇ ਉਹਨੇ ਵਿੱਚ ਸਾਡੀ ਪੱਤੀ ਦਾ ਇੱਕ CID ਇੰਸਪੈਕਟਰ ਤੇਜਾ ਸਿੰਘ ਸੀਗਾ, ਉਦੋਂ ਡਿਊਟੀ ਕਰਦਾ ਹੁੰਦਾ ਸੀਗਾ ਤੇ ਉਹ ਵੀ ਸੇਵਾ ਨਾਲ ਕਰਦਾ ਹੁੰਦਾ ਸੀਗਾ ਜੀ, ਤੇ ਉਹਨੇ ਜਾ ਕੇ ਉਹਨੂੰ ਜਗਰਾਮ ਵਾਲੀ ਪੁਲਿਸ ਨੂੰ ਪੁੱਛਿਆ ਵੀ ਤੁਸੀਂ ਉਹਨੂੰ ਕਿਉਂ ਲੈਣਾ ਆ, ਵੀ ਇਹ ਤਾਂ ਬੜੇ ਭਲੇ ਮਾਨਸ ਬੰਦੇ ਆ, ਉਹ ਕਹਿੰਦੇ ਕੋਈ ਨੀ ਤੁਸੀਂ ਵੇਖੀ ਜਾਓ ਵੀ ਜਗਰਾਉਣ ਜਾ ਕੇ ਪਤਾ ਲੱਗੂ ਵੀ ਕੀ ਕਹਿੰਦੇ ਕੌਣ ਆ ਇਹ ਜੀ, ਮੈਨੂੰ ਜਾ ਕੇ ਜਗਰਾਉਣ ਲੈ ਕੇ ਬੰਨ ਕੇ ਉਹਨੂੰ ਉੱਥੇ ਡਿਪਸੀ ਚ ਪਾ ਕੇ ਉਹਨੂੰ ਜਗਰਾਉਣ ਲੈ ਕੇ, ਜਗਰਾਉਣ ਲੈ ਕੇ ਉੱਥੇ ਜਾ ਕੇ CID ਸਟਾਫ ਦੇ ਬੱਚੇ ਉਹਨੂੰ ਲੈ ਗਏ ਜੀ, ਉੱਥੇ ਲਿਜਾ ਕੇ ਉਹਦਾ ਫੋਨ ਕਿਸੇ ਦਾ ਫੋਨ ਆਇਆ ਤੇ ਜਾ ਕੇ ਉਹਨੂੰ ਇੱਥੇ ਰੈਸਟ ਹਾਊਸ ਲੈ ਕੇ ਆਓ ਜੀ, ਉੱਥੇ ਮੈਨੂੰ ਜਗਰਾਉਂ ਰੈਸਟ ਹਾਊਸ ਚ ਮੇਰੇ ਮੂੰਹ ਤੇ ਕੱਪੜਾ ਬੰਨ ਕੇ ਆਏ ਤੇ ਮੂਹਰੋਂ ਕਾਲਾ ਜਿਹਾ ਕੱਪੜਾ ਪਾ ਕੇ ਤੇ ਮੈਨੂੰ ਜਰਸੀ ਚ ਪਾ ਕੇ ਤੇ ਮੈਨੂੰ ਉੱਥੇ ਰੈਸਟ ਹਾਊਸ ਲੈ ਗਏ ਉੱਥੇ ਜੀ, ਉੱਥੇ ਜਾ ਕੇ ਉੱਥੇ ਉੱਥੇ ਨਾ ਉੱਥੇ ਜਿਹੜਾ ਸਵਰਨ ਸਿੰਘ ਜਿਹੜਾ SSP ਸੀਗਾ ਉਹਦੇ ਸਾਹਮਣੇ ਮੈਨੂੰ ਪੇਸ਼ ਕੀਤਾ ਜੀ, ਉੱਥੇ ਲਿਜਾ ਕੇ ਪੇਸ਼ ਕਰਕੇ ਤੇ ਮੈਨੂੰ ਕਹਿੰਦਾ ਵੀ ਤੇਰਾ ਨਾਂ ਕੀ ਹੈ, ਮੈਂ ਕਿਹਾ ਮੇਰਾ ਨਾਮ ਜੀ ਹਰਚੰਦ ਸਿੰਘ ਆ, ਉਹ ਕਹਿੰਦਾ ਵੀ ਤੇਰੇ ਕੋਲ ਦੱਸਦੇ ਬੰਦੇ ਕਿਹੜੇ ਕਿਹੜੇ ਆਉਂਦੇ ਸੀਗੇ ਤੇ ਤੇਰੇ ਕੋਲ ਕਿੰਨੇ ਹਥਿਆਰ ਆ ਤੇ ਸਾਰੇ ਸਾਨੂੰ ਹਥਿਆਰ ਦੇ ਨਾਲੇ ਬੰਦੇ ਦੇ ਜੀ, ਮੈਂ ਕਿਹਾ ਜੀ ਮੈਂ ਤਾਂ ਭਲਾ ਮੈਂ ਗਰੀਬ ਆਦਮੀ ਆ ਤੇ ਮੈਂ ਤਾਂ ਕਿਹੜਾ ਕੋਈ ਮੈਂ ਤਾਂ ਕਿਸੇ ਨੂੰ ਜਾਣਦਾ ਵੀ ਨੀਗਾ,
ਉਹ ਕਹਿੰਦਾ ਵੇਖ ਲਾ ਤੇਰੀ ਮਰਜ਼ੀ ਆ, ਤੂੰ ਸਭ ਕੁਛ ਫਟਾਫਟ ਦੱਸੇਗਾ। ਮੈਂ ਕਿਹਾ ਮੈਂ ਦੱਸੂ ਕੀ, ਮੈਂ ਜਦੋਂ ਮੈਨੂੰ ਕੋਈ ਪਤਾ ਕੋਈ ਨਹੀਂ ਮੈਂ ਦੱਸਾਂ ਤੁਹਾਨੂੰ ਕੀ ਜੀ। ਮੈਨੂੰ ਕਹਿੰਦਾ ਵੀ ਤੈਨੂੰ ਤਿੰਨ ਵਾਰੀ ਪੁੱਛਣਾ ਵੀ ਜੇ ਤਾਂ ਤੂੰ ਕਿਹਾ ਵੀ ਰਸਤਾ ਠੀਕ ਆ ਤੇ ਨਹੀਂ ਫਿਰ ਤੇਰੇ ਨਾਲ ਦੇਖ ਲਓ ਕੀ ਹੋਊਗੀ, ਤੈਨੂੰ ਮੋਰ ਪਤਾ ਲੱਗੂ ਕੀ ਹੋਊ ਤੇਰੇ ਨਾਲ। ਜੀ ਮੈਂ ਕਿਹਾ ਜੀ ਜਦੋਂ ਮੈਂ ਜਦੋਂ ਮੈਂ ਮੈਨੂੰ ਤੁਹਾਨੂੰ ਪਤਾ ਕੋਈ ਦੱਸਾਂ ਤੁਹਾਨੂੰ ਮੈਂ ਕੀ, ਮੈਨੂੰ ਤਿੰਨ ਚਾਰ ਵਾਰੀ ਪੁੱਛਿਆ ਉਹਨੇ, ਤੇ ਮੈਂ ਜਦੋਂ ਜਦੋਂ ਮੈਨੂੰ ਪਤਾ ਕੋਈ ਦੱਸਣਾ ਮੈਂ ਕੀ ਸੀਗਾ। ਉਹਦੇ ਫਿਰ ਉਹਨੇ ਜਾ ਕੇ ਫਿਰ ਉਹਨੇ ਪੈਂਤੀ ਮਾਰ ਕੇ ਸੱਦ ਲਈ, ਸੱਦ ਲਈ ਉਹਨੇ ਜੀ ਸੱਦ ਕੇ, ਤੇ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਉੱਥੋਂ ਚਲੋ ਸੀਗਾ ਸਟਾਫ ਲੈ ਕੇ ਚੱਲੋ, ਮੈਂ ਆਉਣਾ ਕਹਿੰਦਾ ਵੀ ਜੀ। ਉੱਥੇ ਜਾ ਕੇ ਮੈਨੂੰ ਸੀਜ ਦਾ ਫਿਰ ਉਵੇਂ ਮੂੰਹ ਤੇ ਕੱਪੜਾ ਪਾ ਕੇ ਫਿਰ ਮੇਰੇ ਮੈਨੂੰ ਸੀਜ ਸਟਾਫ ਲੈ ਕੇ ਉੱਥੇ, ਉੱਥੇ ਤਕਰੀਬਨ ਅੱਧੇ ਪੌਣੇ ਘੰਟੇ ਉਰੋਂ ਫਿਰ ਉਹ ਸਵਰਨ ਸਿੰਘ ਜਿਹੜਾ ਉਹ ਉੱਥੇ ਫਿਰ ਆਇਆ। ਉਹ ਆ ਕੇ ਇਹਨੂੰ ਕਹਿੰਦਾ ਵੀ ਕਹਿੰਦਾ ਇਹਨੂੰ ਜਿਹੜਾ ਇਹਨੂੰ ਜਾ ਕੇ ਨਾ ਜਹਦਰ ਕਵਾ ਕੇ ਪਹਿਲਾਂ ਦਿਖਾਓ, ਕਹਿੰਦਾ ਇਹਨੂੰ ਵੀ ਫਿਰ ਗੱਲ ਕਰਦੇ ਹਨ ਜੀ। ਉੱਥੇ ਮੈਨੂੰ ਜਾ ਕੇ ਦੋ ਜਣੇ ਫੜ ਕੇ ਮੈਨੂੰ ਜਹਦਰ ਕਵਾ ਕੇ ਨਾਲ ਇੱਕ ਨਾਂ ਦੀ ਕੋਠੜੀ 'ਚ ਉੱਥੇ ਉੱਥੇ ਉਹ ਗੁੱਸੀ ਮੁੱਸੀ ਹੋਏ ਪਏ ਸੀਗੇ, ਮੈਂ ਤਾਂ ਸਿਆਣੇ ਨਹੀਂ ਪਰ ਕੌਣ ਪਏ ਇਹ, ਤੇ ਜਦੋਂ ਮੈਨੂੰ ਧੱਕਾ ਦੇ ਕੇ ਉਹਦੇ ਸਿੱਟੇ ਜਾ ਕੇ ਤੇ ਮੈਂ ਵੇਖਿਆ, ਮੈਂ ਕਿਹਾ ਤਾਂ ਜਹਦਰ ਕੌਂਕੇ ਸਾਹਿਬ ਹੈ ਤਾਂ, ਤੇ ਮੈਂ ਵੇਖਿਆ ਵੀ ਉਹਨੇ ਇਕੱਲਾ ਸ਼ਹਿਰ ਉਹਨੇ ਇਸ਼ਾਰਾ ਪਾਇਆ ਸੀਗਾ, ਤੇ ਉਹਨਾਂ ਦੇ ਸਰੀਰ ਦੇ ਉੱਤੇ ਇੰਨੇ ਜ਼ਖਮਾਂ ਦੇ ਨਿਸ਼ਾਨ ਸੀਗੇ ਮੈਂ ਬਿਆਨ ਨਹੀਂ ਕਰ ਸਕਦਾ, ਜਿੰਨੇ ਉਹਨਾਂ ਜ਼ਖਮਾਂ ਦੇ ਨਿਸ਼ਾਨ ਹੁੰਦੇ ਸੀ ਜਿਵੇਂ ਕੋਈ ਕੋਈ ਪਸ਼ੂ ਪੁੱਟਿਆ ਹੁੰਦਾ ਨਾ, ਐਂ ਉਹਨਾਂ ਦੇ ਨਿਸ਼ਾਨ ਸੀਗੇ, ਸਾਰੇ ਲਾਸ਼ਾਂ ਹੀ ਲਾਸ਼ਾਂ ਸੀਗੀਆਂ, ਤੇ ਉਹਨਾਂ ਦਾ ਕੋਈ ਹਾਲ ਨਹੀਂ ਸੀਗਾ, ਤੇ ਉਹ ਬੋਲਦਾ ਕੀ ਸਕਣਾ, ਬੋਲਦੇ ਬਿਲਕੁਲ ਨਾ ਬੋਲੀ ਨਾ, ਉਹਨੇ ਮੈਨੂੰ ਬੋਲੇ ਮੇਰੇ ਤੋਂ ਵੇਖ ਕੇ ਹੋਸ਼ ਉੱਡ ਕੇ, ਮੈਂ ਪਾਣੀ ਪਾਣੀ ਹੋਇਆ ਵੇਖ ਕੇ, ਨਾ ਕੋਈ ਗੱਲ ਹੋਈ ਤੇ ਨਾ ਮੈਂ ਗੱਲ ਕੀ ਉਹਨੇ ਕਰਨੀ ਸੀ, ਕੋਈ ਬੋਲ ਨਹੀਂ ਸਕਦਾ ਸੀਗਾ। ਮੈਨੂੰ ਫਿਰ ਚੱਕ ਕੇ ਜਿਹੜੇ ਉਹਦੇ ਚੱਕ ਕੇ ਜਿਹੜੇ ਸੀਗੇ ਬਾਹਰ ਜਾ ਕੇ ਲਿਆਏ, ਬਾਹਰ ਲੈ ਕੇ ਮੈਨੂੰ ਜਾ ਕੇ ਪੇਸ਼ ਕੀਤਾ, ਉਹਦੇ ਫਿਰ ਆਪਣੇ ਦੇ SSB ਦਾ ਮੂਹਰੇ ਪੇਸ਼ ਕੀਤਾ, ਕਹਿੰਦੇ ਮੈਨੂੰ ਕਹਿੰਦੇ ਸਭ ਕੁਛ ਵੇਖਿਆ, ਕਹਿੰਦੇ ਇਹ ਜੀ। ਮੈਂ ਕਿਹਾ ਵੀ ਵੇਖਿਆ ਜੀ, ਮੈਂ ਕਿਹਾ ਮੈਂ ਤਾਂ ਵੀ ਜੋ ਕੋਈ ਵੇਖਿਆ ਵੀ ਮੈਂ ਤਾਂ ਵੀ ਪਤਾ ਨੀ ਕੌਣ ਬੰਦਾ ਇਹ ਕਿਉਂ ਹੈਗਾ ਨਾ, ਪਰ ਮੈਂ ਸਿਆਣ ਲਿਆ ਸੀ ਵੀ ਜਦਰ ਕੌਂਕੇ ਆ ਇਹ ਜੀ, ਤੇ ਮੈਨੂੰ ਕਹਿੰਦਾ ਵੇਖ ਲਿਆ ਸਭ ਕੁਛ ਦੱਸ ਦੇ ਨੀ ਤੇਰੇ ਨਾਲ ਵੀ ਉਵੇਂ ਹੋਊ, ਤੇ ਸਾਰਾ ਕੁਛ ਮੰਨ ਜਾ ਤੇਰੇ ਕੋਲ ਕਿੰਨੇ ਬੰਦੇ ਆਉਂਦੇ ਸੀ, ਇਹ ਕਿੰਨੇ ਤੇਰੇ ਕੋਲ ਹਥਿਆਰ ਆ ਵੀ ਸਾਰਾ ਕੁਛ ਦੱਸ ਦੇ। ਮੈਂ ਕਿਹਾ ਜੀ ਮੈਂ ਦੱਸਾਂ ਤੁਹਾਨੂੰ ਕੀ, ਮੈਂ ਤੁਹਾਨੂੰ ਮੈਂ ਦਫ਼ਤਰ ਵੀ ਦੱਸ ਕੇ ਆਇਆ ਵੀ ਜਦੋਂ ਮੈਨੂੰ ਕੋਈ ਪਤਾ ਹੀ ਨਹੀਂ, ਮੈਂ ਤੁਹਾਨੂੰ ਦੱਸਾਂ ਤੁਹਾਨੂੰ ਕੀ, ਮੈਨੂੰ ਕਹਿੰਦੇ ਵੇਖ ਲਾ ਤੇਰੀ ਮਰਜ਼ੀ ਆ ਵੀ ਤੇਰੇ ਨਾਲ ਕੀ ਹਾਲ ਵੇਖ ਲਾ ਕੀ ਹੋਊਗੀ। ਫਿਰ ਉਹ ਐਂ ਕਰਕੇ ਜਦੋਂ ਮੈਨੂੰ ਉਹਨਾਂ ਮੈਂ ਜਦੋਂ ਨਾ ਹੀ ਕਿਹਾ, ਫਿਰ ਉਹ ਕਹਿੰਦਾ ਜਿਹੜਾ ਨਾਲ ਸੀ ਗੁਰਮੀਤ ਸਿੰਘ ਸੀਗਾ, ਤੇ ਇੱਕ ਇੰਸਪੈਕਟਰ ਤੇ ਹਰਭਗਵਾਨ ਸੋਢੀ, ਹਰਨੇਕ ਸਿੰਘ ਤੇ ਕਮਲਜੀਤ ਸਿੰਘ, ਇਹ ਸਾਰੇ ਚੰਨਣ ਸਿੰਘ ਸੀਗਾ, ਇਹ ਸਾਰੇ ਜਿਹੜੇ ਸੀ ਨਾ, ਇਹ ਦੋ ਜਣੇ ਫਿਰ ਜਾ ਕੇ ਉਹਨੂੰ ਜਾ ਕੇ ਕਹਿੰਦੇ ਉਹ ਘੋਟਣਾ, ਕਹਿੰਦਾ ਉਹ ਸਵਰਨ ਸਿੰਘ ਨੂੰ ਘੋਟਣਾ ਕਹਿੰਦੇ ਸੀ, ਇਹ ਕਹਿੰਦੇ ਜੇ ਉਹਨੂੰ ਲੈ ਕੇ ਉਹ ਕੌਂਕੇ ਨੂੰ ਲੈ ਕੇ ਆਓ, ਕਹਿੰਦਾ ਉਹਨੂੰ ਲਿਆ ਕੇ ਜਦੋਂ ਫਿਰ ਅੰਦਰੋਂ ਚੱਕ ਕੇ ਉਹਨੂੰ ਦੋ ਤਿੰਨ ਜਣੇ ਚੱਕ ਕੇ ਅੰਦਰ ਫਿਰ ਦਫ਼ਤਰ 'ਚ ਲਿਆਏ ਉਹਨੂੰ, ਉੱਥੇ ਲਿਆ ਕੇ ਜਦੋਂ ਉਹਨੂੰ ਲੈ ਕੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀਗਾ, ਉੱਥੇ ਬੋਲਿਆ ਕੋਈ ਜਾਂਦਾ ਨਹੀਂ ਸੀਗਾ, ਤੇ ਮੂੰਹ ਦੇ ਵਿੱਚ ਨਾ ਫੁੱਲਾਂ 'ਚ ਉਹ ਐਂ ਲੱਗਦੇ ਐਂ ਪਾਠ ਕਰਦੇ ਹੁੰਦੇ ਆ, ਐਂ ਬੋਲੇ ਹੁੰਦੇ ਕੱਲੇ ਦਿੰਦੇ ਸੀ ਉਹਨਾਂ ਦੇ, ਪਰ ਹੋਰ ਕੁਛ ਨਹੀਂ ਦਿੰਦਾ ਸੀਗਾ, ਵੀ ਕੋਈ ਚੀਜ਼ ਹੈਰਾਨ ਨਹੀਂ ਸਕਦੇ, ਇਕੱਲੇ ਬੁੱਲ ਦਿੰਦੇ ਸੀਗੇ ਵੀ ਉਹ ਜਿਵੇਂ ਆਪਾਂ ਮੂੰਹ 'ਚ ਪਾਠ ਕਰਦੇ ਹੁੰਦੇ ਹਾਂ ਵੀ ਐਂ ਕੋਈ ਨਿਕਲੇ ਮਾਦਾ ਕਰਦੇ ਹੋਣਗੇ ਉਹ, ਤੇ ਉਹਨੂੰ ਲਿਆ ਕੇ ਉਹਨਾਂ ਨੇ ਉਸੇ ਵੇਲੇ ਲੱਤਾਂ ਉਹਨੇ ਚੌੜੀਆਂ ਕਰਤੀਆਂ ਹੈ, ਮੈਂ ਮੂਹਰੇ ਸਾਹਮਣੇ ਬਰਾਂਡ 'ਚ ਬੈਠਾ ਸੀਗਾ, ਤੇ ਉਹ ਥੋੜ੍ਹਾ ਜਿਹਾ ਅਗਾਂਹ ਦਫ਼ਤਰ ਸੀਗੇ, ਲੱਤਾਂ ਚੌੜੀਆਂ ਇਹ ਰੋਡਾਂ 'ਚ ਲੱਤਾਂ ਚੌੜੀਆਂ ਕਰਦੀਆਂ, ਕੜਕ ਕੜਕ ਕਰ ਗਏ ਸੀ, ਆਹ ਜਿਹੜਾ ਸੀਗਾ ਸਾਰਾ ਨਾ ਉਹਨਾਂ ਦਾ ਜਿਹੜਾ ਸੀਗਾ ਆਹ ਸਰੀਰ ਸੀਗਾ ਸਾਰਾ ਉਹਨਾਂ ਦਾ ਬਿਲਕੁਲ ਇੰਨਾ ਜ਼ਖਮ ਸੀਗੇ ਮੈਂ ਕਹਿ ਨਹੀਂ ਕੋ ਸਕਦਾ ਜਿਹਨਾਂ ਇੰਨੇ ਜ਼ਖਮ ਸੀਗੇ। ਫਿਰ ਉਹਨਾਂ ਨੇ ਕੀ ਕੀਤਾ ਨਾ, ਲੱਤਾਂ ਉਹਨਾਂ ਦੀਆਂ ਐਂ ਕਰਕੇ ਪੂਠੇ ਆ ਦੋਵੇਂ ਅੰਗੂਠੇ ਪੈਰਾਂ 'ਚ ਬੰਨ ਲਏ, ਦੋਵੇਂ ਅੰਗੂਠੇ ਪੈਰ ਬੰਨ ਕੇ ਉਹਨਾਂ ਦੇ, ਅਤੇ ਉੱਤੇ ਮਗਰੋਂ ਬੰਨ ਲਏ, ਹੱਥਾਂ ਬੰਨ ਲਏ ਮਗਰੋਂ ਮਗਰੋਂ ਹੱਥ ਬੰਨ ਤੇ, ਅਤੇ ਸਿਰ ਦੇ ਕੇਸ ਫੜ ਲਏ, ਅਤੇ ਫੜ ਕੇ ਅਤੇ ਉਹ ਐਂ ਦੋ ਪਾਸੇ ਇੱਧਰ ਉੱਤੇ ਲੈ ਆਏ, ਘੋਟਾ ਲੈ ਕੇ ਆਏ ਮੋਟਾ, ਐਡਾ ਸਾਰਾ ਘੋਟਾ ਮੋਟਾ ਸੀ ਜਿਵੇਂ ਗੇਲੀ ਗੇਲੀ ਹੁੰਦੀ ਹੈ, ਦੋ ਇੱਧਰ ਚੜ੍ਹ ਗਏ ਦੋ ਇੱਧਰ ਚੜ੍ਹ ਗਏ, ਐਂ ਵਿਹਲੀ ਗਏ ਉਹਨੂੰ, ਐਂ ਵਿਹਲੀ ਗਏ ਉਹਦਾ ਵਿਚਾਰ, ਉਹਦਾ ਹੁਣ ਇੱਕ ਜਿਹਦੇ ਜਾਨ ਹੀ ਕੁਛ ਨਹੀਂ ਸੀ, ਉਹਨਾਂ ਨੇ ਕੀ ਬੋਲਣਾ ਸੀਗਾ, ਉਹਦਾ ਨਾ ਹਾਏ ਨਬੂ ਕੁਛ ਨਹੀਂ ਕਰਦੇ ਸੀ ਉਹ, ਤੇ ਇੰਨਾ ਉਹਨਾਂ ਦਾ ਮੂੰਹ 'ਚ ਸਿਰਫ ਪਾਠ ਹੀ ਕਰੀ ਜਾਂਦੇ ਸੀ, ਹੋਰ ਕੁਛ ਨਹੀਂ ਕਰਦੇ ਸੀ ਉਹ,
ਤੇ ਇਹ ਮੈਂ ਹਾਲਤ ਜਦੋਂ ਵੇਖੀ ਤੇ ਮੇਰਾ ਤਾਂ ਸਰੀਰ ਜਿਹੜਾ ਸੀਗਾ ਪਾਣੀ ਪਾਣੀ ਹੋ ਗਿਆ। ਮੈਂ ਕਿਹਾ ਵੀ ਇਹ ਕੀ ਗੱਲ ਬਣ ਗਈ ਇਹ, ਵੀ ਇੰਨਾ ਇਹਨਾਂ ਤੇ ਇਹਨਾਂ ਨੇ ਕੀ ਤਾਂ ਇੱਡੇ ਚੰਗੇ ਬੰਦੇ ਇੰਨੇ ਕੌਮ ਦੇ ਜਥੇਦਾਰ, ਵੀ ਇਹਨਾਂ ਤੋਂ ਕੀ ਗੁਨਾਹ ਹੋ ਗਿਆ ਵੀ ਇੱਥੋਂ ਇਹ ਗੱਲ ਹੋ ਗਈ ਤੇ ਨਾਲ ਮੈਨੂੰ ਨਾਲ ਲੈ ਕੇ ਆਏ। ਚਲੋ ਜੀ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਹੋਸ਼ ਵਿੱਚ ਲਿਆ ਕੇ ਨਾ ਪਾਣੀ ਪੂਣੀ ਮੂੰਹ 'ਚ ਪਾ ਕੇ ਉਹਨਾਂ ਨੂੰ ਉਹਨੂੰ ਫਿਰ ਕਮਰੇ ਤੱਕ ਸਿੱਟਿਆ। ਫਿਰ ਵਾਰੀ ਮੇਰੀ ਆ ਗਈ, ਫਿਰ ਮੈਨੂੰ ਉਵੇਂ ਮੈਨੂੰ ਫਿਰ ਢਾ ਲਿਆ ਉਹਨਾਂ ਨੇ, ਮੈਨੂੰ ਢਾ ਕੇ ਉਵੇਂ ਮੇਰੇ ਤੇ ਉਵੇਂ ਲੱਤਾਂ ਮੇਰੀਆਂ ਮੂਹਰੇ ਕੋਠੇ ਬੰਨ ਲਏ, ਲੱਤਾਂ ਪਹਿਲਾਂ ਮੇਰੀਆਂ ਐਂ ਚੌੜੀਆਂ ਕਰਤੀਆਂ, ਮੇਰੇ ਕੋਠੇ ਬੰਨ ਲਏ, ਕੋਠੇ ਮੇਰੇ ਉੱਤੇ ਦੋ ਜਣੇ ਇੱਧਰ ਦੋ ਚੜ ਗਏ, ਮੈਂ ਤਾਂ ਦੋ ਤਿੰਨਾਂ ਜਿਹਾ ਮੇਰਾ ਕੋਟਾ ਫੇਰਿਆ, ਲੱਤਾਂ ਮੇਰੀਆਂ ਫੁੱਲ ਗਈਆਂ ਜਿਵੇਂ ਪੂਣੀ ਫੁੱਲ ਦਿੰਦੀ ਹੈ, ਮੇਰਾ ਬੁਰਾ ਹਾਲ ਹੋ ਗਿਆ, ਮੇਰੇ ਸਿਰ ਦੇ ਮੇਰੇ ਵਾਲ ਬੰਨੇ ਸੀਗੇ, ਅਲਫ ਨਾਂਗਾ ਮੈਨੂੰ ਕਰ ਲਿਆ, ਅਲਫ ਨਾਂਗਾ ਪਹਿਲਾਂ ਜਥੇਦਾਰ ਨੂੰ ਕੀਤਾ ਸੀਗਾ। ਮੈਂ ਕੋਈ ਦੱਸ ਨਹੀਂ ਸਕਦਾ ਵੀ ਕੀ ਮੇਰੀ ਹਾਲਤ ਉੱਥੇ ਹੋਈ ਤੇ ਕੀ ਉਹ ਜਥੇਦਾਰ ਦੀ ਮੈਂ ਵੇਖੀ ਪਹਿਲਾਂ, ਮੈਂ ਉਸਦਾ ਕੰਧਾਂ ਵੀ ਮੰਨ ਜਾਣਗੇ ਕਿ ਉੱਥੇ ਉੱਥੇ ਜੇ ਕੋਈ ਬੰਦੇ ਨੇ ਕੋਈ ਗੁਨਾਹ ਕੀਤਾ ਹੋਊਗਾ ਜਾਂ ਕੋਈ ਬੰਦੇ ਕੋਲ ਆਉਂਦੇ ਹੋਣੇ ਆ, ਫਿਰ ਹੀ ਬੰਦਾ ਦੱਸੂ ਵੀ ਹਾਂ ਮੇਰੇ ਕੋਲ ਕੌਣ ਆਉਂਦਾ ਸੀ। ਮੈਂ ਤਾਂ ਫਟਫਟ ਮੈਂ ਤਾਂ ਮੰਨ ਦਿੰਦਾ ਉੱਥੇ, ਮੈਨੂੰ ਤਾਂ ਕਹਿੰਦੇ ਦੱਸ ਤੇਰੇ ਮੈਨੂੰ ਐਂ ਪੁੱਛੀ ਜਾਣ ਵੀ ਦੱਸ ਤੇਰਾ ਨਾਂ ਕੀ ਆ, ਤੇਰਾ ਤੈਨੂੰ ਐਂ ਕਹਿੰਦੇ ਆ, ਤੈਨੂੰ ਫਰਾਂਤਾਂ ਨੂੰ ਆਹ ਤੈਨੂੰ ਘੈਂਟ ਕਹਿੰਦੇ ਆ, ਫਰਾਨਾ ਕਹਿੰਦੇ, ਤੈਨੂੰ ਫਰਾਨਾ ਕਹਿੰਦੇ ਆ, ਤੇਰੇ ਕੋਲ ਆਹ ਬੰਦੇ ਆਉਂਦੇ ਫਰਾਨੇ ਆਉਂਦੇ। ਮੈਂ ਕਿਹਾ ਜੀ ਮੈਂ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ ਗਾ ਕਿਸੇ ਨੂੰ। ਹਰਚੰਦ ਜੀ ਤੁਸੀਂ ਕਿੰਨੇ ਦਿਨ ਉੱਥੇ ਰਹੇ ਹੋ ਜਥੇਦਾਰ ਸਾਹਿਬ ਦੇ ਨਾਲ? ਮੈਂ ਉੱਥੇ ਮੈਨੂੰ 28 ਤਰੀਕ ਨੂੰ ਮੈਂ ਆਪਣਾ ਮੈਨੂੰ 28 ਤਰੀਕ ਨੂੰ ਲੈ ਕੇ ਗਏ ਆ ਜੀ। ਮੈਂ ਉਹਨਾਂ ਨੂੰ ਉੱਥੇ ਮੈਂ 31 ਤਰੀਕ ਤੱਕ ਉਹਨਾਂ ਨੂੰ ਵੇਖਿਆ, ਉਹਨਾਂ ਨੂੰ ਮੈਂ 31 ਦਸੰਬਰ ਤੱਕ 31 ਦਸੰਬਰ ਤੱਕ ਵੇਖਿਆ ਉਹਨੂੰ। 31 ਤੋਂ ਮਗਰੋਂ ਮੈਂ ਨਹੀਂ ਵੇਖਿਆ, ਉਹਨੇ ਕਹਿੰਦਾ ਉਹਨਾਂ ਦੇ ਦੋਹਾਂ ਦੇ ਸਾਡੇ ਦਸ਼ਾਦਤ ਪੂਰੇ ਅੰਦਰ ਮੌਤ ਦੀਆਂ ਲਾ ਲਾ ਕੇ ਉਹਨਾਂ ਨੂੰ ਸਾਰਿਆ, ਮੌਤ ਦੇ ਲਾ ਲਾ ਕੇ ਮੈਨੂੰ ਸਾਰਾ, ਮੇਰੇ ਥੱਲੇ ਪਤੂਲਾ ਜਿਵੇਂ ਉਹਨਾਂ ਦੇ ਥੱਲੇ ਪਤਾਲਵਾਂ ਦੇ ਹੇਠਾਂ ਮੌਤ ਹੀ ਲਾਈ ਭਗਵਾਨ ਥੋੜੀ ਨੇ, ਤੇ ਉਵੇਂ ਮੇਰੇ ਲਾਈ ਉਹਨਾਂ ਦੇ ਰੋਣ ਸਾਰੇ ਮੇਰੇ ਵੀ ਸਾਰੇ ਐਡੇ ਐਡੇ ਮੇਰੇ ਛਾਲੇ ਬਣ ਬਣ ਫਿਸੀ ਜਾਣ ਆਏ, ਜਿਵੇਂ ਮਾਸ ਉਹਨੂੰ ਸੜਦਾ ਦਿਸੇ ਵੀ ਜਿਵੇਂ ਮਾਸ ਸੜਦਾ ਹੁੰਦਾ ਤੇ ਮੇਰਾ ਵੀ ਉਵੇਂ ਸੜਦਾ ਸੀਗਾ। ਤੇ ਇਹ ਜਿਹੜੀ ਨਾ ਜਾਣੀ ਹਾਲਤ ਇਹ ਸੀਗੀ, ਜਾਣੀ ਉਹਨਾਂ ਵਿੱਚ ਕੋਈ ਜਾਨ ਹੈ ਹੀ ਨਹੀਂ ਸੀ ਉਹਨਾਂ ਦੇ ਚ ਕੋਈ, ਤੇ ਐਵੇਂ ਮੇਰਾ ਵੀ ਹਾਲ ਇਹੀ ਸੀਗਾ ਮੇਰੇ ਵੀ ਮੈਂ ਤਾਂ ਉੱਥੇ ਵੀ ਇੱਕ ਮੇਰਿਆਂ ਮੈਂ ਆਖਦਾ ਸੀ ਮੈਂ ਸੱਚੇ ਪਾਤਸ਼ਾਹ ਮੈਨੂੰ ਚੱਕ ਹੀ ਲੈ ਤੂੰ ਵੀ ਮੈਨੂੰ ਆਹ ਚੀਜ਼ ਵੇਖਣ ਜਾਵੇ ਤੂੰ ਨਾ ਵੇਖਿਆ ਗਿਆ ਮੈਥੋਂ ਐਂ ਜੀ। ਤੇ ਫਿਰ ਆਹ ਗੱਲਾਂ ਮੈਂ ਇਹ ਸਾਰਾ ਮੈਂ 31 ਤਰੀਕ ਤੱਕ ਮੈਂ ਇਹੀ ਚੀਜ਼ ਵੇਖੀ। 31 ਤਰੀਕ ਨੂੰ ਸ਼ਾਮ ਨੂੰ ਜਦੋਂ ਫਿਰ 5 ਵਜੇ ਸ਼ਾਮ ਨੂੰ ਮੈਂ ਉਹ ਜਦੋਂ ਉਹ ਬਾਹਰੋਂ ਚੱਕ ਕੇ ਉਹਨੂੰ 5 ਜਣੇ 4 ਜਣੇ ਲੈ ਕੇ ਚੱਕ ਲੈ ਗਏ, 4-5 ਜਣੇ ਸੀਗੇ ਜਿਹੜੇ ਉਹਨੂੰ ਚੱਕ ਕੇ ਲੈ ਗਏ, ਜਿਵੇਂ ਨਾ ਕੋਈ ਮਰਿਆ ਪਸ਼ੂ ਲੈ ਕੇ ਆਉਂਦੇ ਜਾ ਕੇ ਦੋ ਲੱਤਾਂ ਫੜੀਆਂ ਦੋਨੀਆਂ ਬਾਹਾਂ ਫੜੀਆਂ ਐਂ ਮਗਰੋਂ, ਤੇ ਉਹ ਫੜ ਕੇ ਉਹਨੂੰ ਐਂ ਨਾ ਐਂ ਲਿਆ ਰਹੇ ਸੀ, ਲਿਆ ਕੇ ਉੱਥੇ ਬਰਾਂਡੇ 'ਚ ਪਾ ਲਿਆ ਉਹਨਾਂ ਨੇ। ਤੇ ਮੈਂ ਉਦੋਂ ਜਦੋਂ ਅੰਦਰ ਬੈਠਾ ਸੀਗਾ ਤੇ ਮੈਂ ਇੱਕ ਬੈਗੀ ਗਰਲ ਦੇ ਵਿੱਚ ਵਿਹਲਾ ਸੀਗਾ ਮੈਂ ਵੀ ਇੱਧਰ ਬਾਹਰ ਕੀ ਹੁੰਦਾ ਹੈਗਾ। ਮੈਂ ਉਹ ਅੱਖੀ ਚੀਜ਼ਾਂ ਵੇਖੀਆਂ ਸਾਰੀਆਂ ਵੀ ਜਥੇਦਾਰ ਕੌਂਗੇ ਨੂੰ ਵੀ ਇਹਨਾਂ ਨੇ ਵੇਖੋ ਕਿਸ ਤਰੀਕੇ ਨਾਲ ਬਾਹਰ ਲੈ ਕੇ ਆਏ ਆ, ਤੇ ਕੀ ਕੋਈ ਉਹਨਾਂ ਕਸ਼ੇਰ ਸਾਲੇ ਕਸ਼ਹਿਰਾ ਕੋਈ ਨਹੀਂ ਪਾਇਆ ਸੀ, ਕਲਾ ਅਰਪਣ ਲੱਗੇ ਸੀਗੇ ਤੇ ਉਹਨਾਂ ਦਾ ਸਰੀਰ ਆਇਆ ਸੀ ਜਿਵੇਂ ਕਿਸੇ ਹਜ਼ਾਰਾਂ ਬੰਦਿਆਂ ਨੇ ਕੁੱਟਿਆ ਹੁੰਦਾ ਉਹਨਾਂ ਦਾ। ਆਹ ਮੈਂ ਅੱਖੀ ਚੀਜ਼ਾਂ ਵੇਖੀਆਂ, ਮੈਂ ਜੋ ਵੇਖਿਆ ਮੈਂ ਤੁਹਾਨੂੰ ਉਹੀ ਬਿਆਨ ਕਰ ਰਿਹਾ। ਉਦੋਂ 31 ਤੋਂ ਮਗਰੋਂ ਮੈਂ ਫਿਰ ਉਹ ਬਿਲਕੁਲ ਨਹੀਂ ਵੇਖੇ, ਮੈਨੂੰ ਉਹਨਾਂ ਨੇ ਜਾ ਕੇ 2 ਤਰੀਕ ਨੂੰ ਮੈਨੂੰ ਕਿਸੇ ਬੰਦੇ ਨੇ ਆ ਕੇ ਬਰਸਾਂਤੀ ਨੇ ਦੱਸਿਆ, ਮੈਨੂੰ ਕਹਿੰਦਾ ਜਥੇਦਾਰ ਜੀ ਤੁਸੀਂ ਹੁਣ ਬਚ ਗਏ ਮੈਨੂੰ ਕਹਿੰਦਾ ਕਿ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਵੀ ਸਾਰੇ ਬਦਲਤੇ। ਕਹਿੰਦਾ ਕਿ ਮੈਂ ਕਿਹਾ ਵੀ ਕੌਣ ਕੌਣ ਬਦਲਤੇ? ਕਹਿੰਦਾ ਵੀ ਹਰਨੇਕ ਸਿੰਘ ਬਦਲਤਾ ਤੇ ਸਵਰਨ ਸਿੰਘ ਘੋਟਨਾ ਬਦਲਤਾ, ਕਮਲਜੀਤ ਵੀ ਬਦਲਤਾ, ਗੁਰਵੀਰ ਸਿੰਘ ਬਦਲਤਾ, ਚੰਨ ਸਿੰਘ ਸਾਰੇ ਬਦਲਦੇ ਇੱਥੇ, ਇਕੱਲਾ ਹੁਣ ਮੈਂ ਹੀ ਹਾਂ ਇੱਥੇ। ਕਹਿੰਦਾ ਕਿ ਤੇ ਹੁਣ ਨਵੇਂ ਆ ਰਹੇ ਆ। ਕਹਿੰਦਾ ਹੁਣ ਕੀ ਚਾਲ ਚੂਲ ਕਹਿੰਦੇ ਸੀ ਉਹ ਆ ਰਹੇ ਆ। ਜਦੋਂ ਉਹ ਫਿਰ ਉਹ ਆਏ ਤੇ ਉਦੋਂ ਮੋਰੋਂ ਮੈਨੂੰ ਮੇਰੇ ਪਿੰਡ ਦੀ ਪੰਚਾਇਤ ਜਾ ਕੇ ਉਹਨੇ ਮੇਰੇ ਸਾਰੇ ਪਿੰਡ ਨੂੰ ਪਤਾ ਲੱਗਾ ਵੀ ਐਂ ਘਰ ਜਥੇਦਾਰ ਕਹੋਗੇ। ਉਹਨਾਂ ਨੇ ਕਾਰਨ ਕਿਹਾ ਵੀ ਉਹਦਾ ਫਿਰ ਫਰਾਰ ਹੋ ਗਿਆ, ਐਂ ਕੀਤਾ ਜੇ ਤੈਨੂੰ ਗੱਲ ਬਣਾਈ ਇਹਨਾਂ ਨੇ। ਪਰ ਉਹ ਫਰਾਰ ਕਿਤੇ ਹੋ ਸਕਦੇ ਸੀ? ਉਹ ਤਾਂ ਜਦੋਂ ਜਿਹੜਾ ਬੰਦਾ ਇੰਨਾ ਕੁੱਟਿਆ ਮਾਰਿਆ ਪਿਆ ਹੋਵੇ, ਜਿਹੜਾ ਬੰਦਾ ਹੈਲੀ ਨਹੀਂ ਸਕਦਾ, ਫਰਾਰ ਕਿੱਥੋਂ ਹੋ ਜੂਗਾ ਉਹ? ਜੀ ਜੀ
ਜੀ ਤੇ ਉਦੋਂ ਮੈਨੂੰ ਸਾਡੇ ਪਿੰਡ ਦੇ ਪੰਚਾਇਤ ਦੇ ਬੰਦੇ ਜਾ ਕੇ ਉਹਨਾਂ ਨੇ ਸਰਪੰਚ ਨੇ ਸਰਪੰਚ ਸਾਹਿਬ ਨਾਲ ਸੀਗੇ ਸਾਰਿਆਂ ਨੂੰ ਜਾ ਕੇ ਆਖਿਆ ਜੀ ਇਹ ਭਲਾ ਮਾਨਸ ਬੰਦਾ ਨਿੱਕੇ ਨਿੱਕੇ ਬੱਚੇ ਆ ਤੇ ਗੁਜ਼ਾਰਾ ਕਰਦਾ ਮਸਾਂ ਕਰਦੇ ਤੁਸੀਂ ਉਹਨੂੰ ਛੱਡੋ ਜੀ ਉਹਦੇ ਕਹਿਣ ਤੇ ਫਿਰ ਮੈਨੂੰ ਉਹਨਾਂ ਨੇ ਮੈਨੂੰ ਉਹ ਕਹਿੰਦੇ ਤੁਸੀਂ ਬੈਠੋ ਉੱਥੇ ਵੀ ਮੈਂ ਆਉਣਾ ਉਹ ਲਿਜਾ ਕੇ ਮੇਰਾ ਉਹ ਜਿਹੜਾ ਅਫਸਰ ਸੀਗਾ ਉਹ ਮੈਨੂੰ ਇੱਕ ਪਾਸੇ ਲੈ ਗਿਆ ਕਮਰੇ 'ਚ ਲੈ ਗਿਆ ਮੈਨੂੰ ਕਹਿੰਦਾ ਵੀ ਜੋ ਕੁਛ ਤੂੰ ਵੇਖਿਆ ਤੈਨੂੰ ਤਾਂ ਛੱਡ ਰਹੇ ਹਾਂ ਜੋ ਕੁਛ ਤੂੰ ਵੇਖਿਆ ਤੇ ਤੂੰ ਬਾਹਰ ਜਾ ਕੇ ਕਿਸੇ ਨੂੰ ਕੋਈ ਗੱਲ ਨਹੀਂ ਕਰੇਗਾ ਤੇ ਨਹੀਂ ਵੇਖਲਾ ਤੇਰੀ ਜਸਦਰ ਕੌਂਕੇ ਵੀ ਤੇਰੇ ਨਾਲ ਹੋਊਗੀ ਮੈਂ ਕਿਹਾ ਜੀ ਮੈਂ ਗਰੀਬ ਬੰਦਾ ਮੈਂ ਕਿੱਥੋਂ ਬੋਲੂੰਗਾ ਮੈਂ ਕਿਵੇਂ ਕਰੂੰਗਾ ਮੈਂ ਅਗਰ ਕਿ ਮੈਨੂੰ ਘਰੇ ਲਿਆ ਕੇ ਕਰੀ ਲਿਆ ਕੇ ਮੈਂ ਆਪਦੇ ਬੱਚੇ ਪਾਲਣ ਲੱਗ ਗਿਆ ਉਹਦਾ ਉਦੋਂ ਮੁੜ ਕੇ ਮੈਨੂੰ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਥੋੜੇ ਕਈ ਮਹੀਨਾ ਉਰੇ ਕੇਸ ਕੂ ਚੱਲਦੇ ਰਹੇ ਇਹਨਾਂ ਨੇ ਤਾਂ ਕੇਸ ਚਲਾਇਆ ਨੀ ਕਿਸੇ ਨੇ ਤੇ ਕਈ ਅਫਸਰਾਂ ਦੇ ਉੱਤੇ ਬਹੁਤ ਮੁਕੱਦਮੇ ਚੱਲੇ ਵੀ ਉਦੋਂ ਮੈਨੂੰ ਇੱਕ ਮੋਗੇ ਵਾਲਾ ਹੁੰਦਾ ਸੀ ਅਫਸਰ ਕਿਹੜਾ ਸੀਗਾ ਡੀ ਐਸ ਪੀ ਸਾਹਿਬ ਸੀਗਾ ਉਹਨੇ ਮੈਨੂੰ ਆਪਣਾ ਸੱਦ ਕੇ ਬੰਦੇ ਮੈਨੂੰ ਆਪਦੇ ਦਫ਼ਤਰ ਬੁਲਾਇਆ ਉਹਨੇ ਮੈਨੂੰ ਕਹਿੰਦਾ ਵੀ ਤੂੰ ਆਪਦੀ ਗਵਾਹੀ ਮੁੱਕਰ ਗਿਆ ਕਹਿੰਦਾ ਇਹ ਜਿਹੜੀ ਤੇਰੀ ਗਵਾਹੀ ਆ ਤੇ ਇਹ ਗੁਰਮੀਤ ਸਿੰਘ ਦਾ ਨਾਮ ਚੋਂ ਕੱਢ ਦੇ ਕਹਿੰਦਾ ਇਹ ਤੇ ਵੀ ਆਪਣਾ ਅਸੀਂ ਬਹੁਤ ਦੁਖੀ ਸੀਗੇ ਅਸੀਂ ਆਏ ਅਸੀਂ ਮਾਰਨਾ ਧਮਕਾ ਵੀ ਉਹ ਦੌਰ ਬੜਾ ਖਰਾਬ ਸੀਗਾ ਤੂੰ ਵੀ ਜਿਹੜਾ ਕੋਈ ਕਹਿ ਤੈਨੂੰ ਕਰ ਦਿਆਂਗਾ ਅਸੀਂ ਵੀ ਤੂੰ ਨਾ ਵੀ ਇਹ ਉਹਦਾ ਨਾਂ ਕਢਾ ਦੇ ਮੈਂ ਕਿਹਾ ਜੀ ਮੈਂ ਕਿਵੇਂ ਕਢਾ ਸਕਦਾ ਮੈਂ ਅਵਤਾਰੇ ਬੰਦਾ ਮੈਂ ਗੁਰੂ ਅੱਗੇ ਮੈਂ ਵੀ ਜਾਨ ਜਗ ਦੇਣੀ ਹੈ ਮੈਂ ਜੋ ਅੱਖੀਂ ਵੇਖਿਆ ਮੈਂ ਉਹੀ ਦੱਸੂੰਗਾ ਤੇ ਮੈਂ ਕਿਹਾ ਮੈਂ ਨਹੀਂ ਇਹ ਮੁੱਕਰ ਸਕਦਾ ਵੀ ਭਾਵੇਂ ਮੇਰੀ ਜਾਨ ਚਲੀ ਜਾਵੇ ਉਹ ਕਹਿੰਦਾ ਵੇਖ ਲੈ ਤੇਰੀ ਮਰਜ਼ੀ ਆ ਤੂੰ ਘਰੇ ਜਾ ਕੇ ਸੋਚ ਲੈ ਸੋਚ ਸਕ ਕੇ ਫਿਰ ਦੱਸ ਦੀ ਮੈਂ ਕਿਹਾ ਜੀ ਠੀਕ ਆ ਮੈਂ ਉੱਥੋਂ ਘਰੇ ਆ ਗਿਆ ਉਦੋਂ ਮੁੜ ਕੇ ਫਿਰ ਮੈਨੂੰ ਥੋੜ੍ਹੇ ਦਿਨਾਂ ਬਾਅਦ ਮੈਨੂੰ ਜਗਰਾਉਂ ਦਾ ਕੋਈ ਸੀਗਾ ਜਿਹੜਾ ਜਿੱਥੇ ਆਪਣਾ ਡੀ ਐਸ ਪੀ ਦਾ ਹੈ ਨਾ ਇੱਧਰ ਜੀ ਰੋਡ ਦੇ ਬੰਗਲਾ ਜਿਹਾ ਉੱਥੇ ਮੈਨੂੰ ਰਾਤ ਨੂੰ ਬੁਲਾਇਆ ਨਾਲ ਮੇਰੇ ਦੋ ਪੰਚਾਇਤ ਵਾਲੇ ਮੁੰਡੇ ਸੀਗੇ ਉਹ ਮੈਨੂੰ ਕਹਿੰਦੇ ਉਹ ਕਹਿੰਦੇ ਵੀ ਐਂ ਕਰਕੇ ਨਾ ਵੀ ਜਿਹੜਾ ਕੁਛ ਤੁਸੀਂ ਹੋਇਆ ਤੁਹਾਡੇ ਨਾਲ ਹੋਇਆ ਸੀਗਾ ਵੀ ਉਹ ਨਾ ਬਹੁਤ ਮੰਦ ਬਾਕੀ ਗੱਲਾਂ ਸੀਗੀਆਂ ਵੀ ਤੂੰ ਨਾ ਹੁਣ ਜਿਹੜੀ ਗਵਾਹੀ ਮੁੱਕਰ ਜਾ ਵੀ ਜਿਹੜਾ ਕੋਈ ਤੂੰ ਕਹੇ ਤੈਨੂੰ ਉਹੀ ਤੈਨੂੰ ਕਰਾ ਦਿਆਂਗੇ ਅਸੀਂ ਤੇ ਤੂੰ ਨਾ ਉਹ ਗਵਾਹੀ ਮੁੱਕਰ ਜਾ ਜੀ ਤੇ ਮੈਂ ਕਿਹਾ ਜੀ ਮੈਂ ਕਿਵੇਂ ਮੁੱਕਰ ਸਕਦਾ ਮੈਂ ਰੱਬ ਨੂੰ ਜਾਨ ਦੇਣੀ ਆ ਤੁਸੀਂ ਵੀ ਸਰਦਾਰ ਆ ਮੈਂ ਵੀ ਸਰਦਾਰ ਹਾਂ ਮੈਂ ਕਿਹਾ ਇਹ ਜਿਹੜਾ ਆਪਾਂ ਕਿੱਥੇ ਦੇਵਾਂਗੇ ਜਿਹੜਾ ਇੰਨਾ ਜਸਦਰ ਕੌਂਕੇ ਦਾ ਜਿਹਦਾ ਇਹ ਸਾਡਾ ਤਾਂ ਹੋਇਆ ਵੇਖਿਆ ਉਹਨੂੰ ਇੰਨਾ ਵੀ ਕੁੱਟਿਆ ਮਾਰਿਆ ਮੈਂ ਕਿਵੇਂ ਕਹਿ ਸਕਦਾ ਨਹੀਂ ਮੈਂ ਵੇਖਿਆ ਕੁਛ ਉਹ ਮੈਂ ਅੱਖੀਂ ਵੇਖਿਆ ਮੈਂ ਤੁਹਾਨੂੰ ਉਹ ਬਿਆਨ ਕਰਕੇ ਦੱਸਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਬੜਾ ਬੋਲਣ ਦਾ ਮੇਰਾ ਨਾ ਮੈਂ ਹਾਰਟ ਦਾ ਪੇਸ਼ੈਂਟ ਆ ਮੈਂ ਇੰਨਾ ਬੋਲ ਨਹੀਂ ਸਕਦਾ ਮੇਰਾ ਜੀ ਕਰਦਾ ਮੈਂ ਧਾਹ ਮਾਰਵਾ ਕਰਵਾ ਮੈਨੂੰ ਉਹੀ ਸੀਨ ਚੇਤੇ ਆਉਂਦੇ ਆ ਮੈਂ ਮੇਰਾ ਕੋਈ ਹਾਲ ਨਹੀਂ ਹੈ ਜੀ ਹਰਚੰਦ ਜੀ ਮੇਰੇ ਨਾ ਜੀ ਜੀ ਹਰਚੰਦ ਜੀ ਅਸੀਂ ਜਿਹੜੇ ਤੁਹਾਡੇ ਹਾਲਾਤ ਆ ਉਹ ਸਮਝ ਸਕਦੇ ਹਾਂ ਬਸ ਮੇਰਾ ਇੱਕ ਹੀ ਸਵਾਲ ਆ ਬਸ ਲਾਸਟ ਦੇ ਉੱਤੇ ਜਿਹੜੇ ਵੀ ਪੀ ਤਿਵਾੜੀ ਸੀਗੇ ਜਿਹੜੇ ਉਹਨਾਂ ਨੇ ਤੁਹਾਡੇ ਬਿਆਨ ਲਏ ਉਹਨਾਂ ਨੇ ਤੁਹਾਡੇ ਬਿਆਨ ਕਦੋਂ ਲਏ ਜਾਂ ਕਿੱਥੇ ਰਹੇ ਉਹ ਬਸ ਥੋੜਾ ਜਿਹਾ ਦਰਸ਼ਕਾਂ ਨੂੰ ਗੱਲ ਦੱਸ ਦਿਓ ਉਹ ਜਦੋਂ ਬੀਬੀ ਤਿਵਾੜੀ ਜਦੋਂ ਨਾ ਕੌਂਕੇ ਪਿੰਡ ਆਏ ਜੀ ਤੇ ਮੈਨੂੰ ਉੱਥੇ ਪਿੰਡੋਂ ਕਿਸੇ ਨੇ ਕਿਹਾ ਵੀ ਤਿਵਾੜੀ ਸਾਹਿਬ ਨਾ ਵੀ ਇਨਕੁਆਇਰੀ ਕਰਨ ਆਏ ਆ ਜੋ ਜਸਦਰ ਕੌਂਕੇ ਜੀ ਨਾਲ ਹੋਇਆ ਸੀਗਾ ਜੀ ਵੀ ਉਹ ਕਹਿੰਦੇ ਵੀ ਜਿਹੜੇ ਬੰਦੇ ਨੇ ਕੁਝ ਚੀਜ਼ਾਂ ਵੇਖੀਆਂ ਵੀ ਉਹਨਾਂ ਨੂੰ ਲੈ ਕੇ ਆਓ ਜੀ ਵੀ ਅਨਾਊਂਸ ਕਰ ਦਿਓ ਜੀ ਉਹ ਪਿੰਡ ਦੇ ਵਿੱਚ ਤਕਰੀਬਨ ਬਹੁਤ ਸਾਰੇ ਬੰਦੇ ਸੀਗੇ ਤਕਰੀਬਨ 40-50 ਬੰਦੇ ਤਕਰੀਬਨ ਹੋਣਗੇ ਸੰਘ ਦੇ ਵਿੱਚੋਂ ਆਏ ਜਿਨ੍ਹਾਂ ਨੇ ਆਪੋ ਆਪਣੇ ਬਿਆਨ ਲਿਖਾਏ ਤਾਂ ਜੋ ਮੇਰੀ ਬਾਰੇ ਮੈਂ ਵੀ ਬਿਆਨ ਲਿਖਾਇਆ ਤੇ ਮੈਂ ਕਿਹਾ ਜੀ ਮੈਂ ਉਸ ਟਾਈਮ ਤੇ ਆਹ ਜੋ ਕੁਛ ਮੈਂ ਤੁਹਾਨੂੰ ਦੱਸਿਆ ਮੈਂ ਸਾਰਾ ਕੁਝ ਅੱਖੀਂ ਵੇਖਿਆ ਦਿਖਾਇਆ ਦੱਸਿਆ ਇਹਨਾਂ ਨੂੰ ਮੈਂ ਕਿਹਾ ਜੀ ਆਹ ਕੁਛ ਹੋਇਆ ਉਹਨਾਂ ਨਾਲ ਜੋ ਕੋਈ ਲਿਖਿਆ ਮੈਂ ਆਹ ਸੁਣ ਸਭ ਕੁਝ ਦੱਸਦਾ ਹੈਗਾ ਇਹ ਜੀ ਤੇ ਇਹ ਕਰਕੇ ਨਾ ਉਹ ਮੈਨੂੰ ਉਹਨਾਂ ਨੇ ਸਾਰੇ ਬਿਆਨ ਲਿਖੇ ਉਹਨਾਂ ਨੇ ਸਾਰਿਆਂ ਨੇ ਉਹ ਬਿਆਨ ਲਿਖ ਕੇ ਤੇ ਉਹ ਮੈਨੂੰ ਕਹਿੰਦੇ ਤੂੰ ਵੇਖ ਲਾ ਵੀ ਇਹ ਪੁਲਿਸ ਤੇ ਰਿਪੋਰਟ ਆ ਤੇਰੀ ਮੁੱਕਰ ਨਾ ਜਾਈ ਮੈਂ ਕਿਹਾ ਜੀ ਜਾਨ ਭਾਵੇਂ ਚਲੀ ਜਾਵੇ ਮੈਂ ਮੁੱਕਰਨਾ ਕਿ ਮੁੱਕਰ ਮੈਂ ਜੇ ਇੱਥੋਂ ਮੁੱਕਰ ਗਿਆ ਮੈਂ ਰੱਬ ਕੋਲ ਜਾ ਕੇ ਮੁੱਕਰੂੰਗਾ ਮੈਂ ਜੀ ਪਰ ਉਹ ਜਿਹੜਾ ਦੌਰ ਸੀਗਾ ਮੈਂ ਵੇਖਿਆ ਇੰਨੇ ਗਾਤਰੇ ਉਹਦੇ ਟੰਗੇ ਪਏ ਸੀਗੇ ਸੀਐਸ ਸਟਾਫ ਦੇ ਵਿੱਚ ਇੰਨੇ ਮੈਂ ਕਿਹਾ ਪਤਾ ਨੀ ਕਿੰਨੇ ਕੁ ਮੁੰਡੇ ਸ਼ਹੀਦ ਹੋਏ ਹੋਣ ਕਿੱਥੇ ਜੀ ਹਰਚੰਦ ਜੀ ਤੁਸੀਂ ਚਲੋ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੁਸੀਂ ਪਹਿਲਾਂ ਵੀ ਦੱਸਿਆ ਸੀ ਅਸੀਂ ਤੁਹਾਡੇ ਹਾਲਾਤ ਵੀ ਸਮਝ ਸਕਦੇ ਹਾਂ ਤੁਸੀਂ ਆਪਦਾ ਸਮਾਂ ਦਿੱਤਾ ਜੀ ਤੁਹਾਡਾ ਧੰਨਵਾਦ ਜੀ
ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਜਿਹੜੀ ਮੇਰੀ ਮੈਂ ਕਹਿੰਦਾ ਵੀ ਸਿੱਖ ਉਹਨੂੰ ਇਨਸਾਫ਼ ਮਿਲੇ ਵੀ ਸਾਡੇ ਜਿਹੜੇ ਜੇ ਕਿਉਂਕਿ ਉਹ ਉਹਨੂੰ ਭਗੌੜਾ ਕਰਾ ਦਾ, ਭਗੌੜਾ ਕਿੱਥੋਂ ਹੋ ਸਕਦਾ ਸੀ ਉਹ ਜੀ, ਉਹ ਕਿੱਥੋਂ ਭਗੌੜਾ ਹੋ ਸੀਗਾ। ਜਿਹੜਾ ਇਹ ਇੱਕ ਨਾ ਵਿੱਚ ਜਿਹੜੇ ਹੋਰ ਆਪਣੇ ਇੱਕ ਪੱਤਰਕਾਰ ਸੀਗਾ ਉਹ ਕੀ ਰਿਤੇਸ਼ ਲੱਖੀ ਸੀ, ਉਹਨੇ ਐਵੇਂ ਇੱਥੇ ਕਿਸੇ ਚੈਨਲ ਨੇ ਉਹਨੂੰ ਕਿਹਾ ਕਿ ਹਰਚੰਦ ਸਿੰਘ ਜੀ ਕੋਲੋਂ ਕਹਿੰਦਾ ਕਿ ਪੁਲਿਸ ਵਾਲਟੀ ਨੇ ਵਰਦੀਆਂ ਫੜੀਆਂ ਤੇ ਭਾਈ ਸਾਹਿਬ ਜੀ ਦੇ ਗੁਰਦੇਵ ਸਿੰਘ ਕੋਂਕੇ ਦੀਆਂ ਸਾਈਨ ਕੀਤਾ ਹੋਇਆ ਲੈਟਰ ਫੜੀਆਂ ਬਰੀਫਰਾਨਾ ਕਿਤਾਬਾਂ, ਝੂਠੇ ਗੱਲਾਂ ਬਹੁਤ ਲਿਖੀ ਗਿਆ ਉਹ। ਅਸੀਂ ਤਾਂ ਸੂਈ ਧਾਗਾ ਨੀ ਪਾਉਣ ਜਾਂਦੇ। ਮੇਰਾ ਜਿਹੜਾ ਪਿਤਾ ਜੀ ਹੈ ਉਹ ਸੰਨ 83 ਵਿੱਚ ਉਹਦਾ ਚੜਾਈ ਕਰ ਗਿਆ ਸੀਗਾ ਜੀ, ਤੇ ਮੈਂ ਮੋਰੋਂ ਘਰੇ ਆਪਦੀ ਨਿੱਕੀ 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 ਹਰੀ ਨਿੱਕੀ ਜਿਹੀ ਦੁਕਾਨ ਆ, ਬੱਚੇ ਪਾਲਦੇ ਸੀ ਅਸੀਂ, ਤੇ ਅਸੀਂ ਤਾਂ ਸੂਈ ਧਾਗਾ ਨੀ ਪਾਉਣ ਜਾਂਦੇ। ਅਸੀਂ ਕੱਪੜੇ ਤੱਕ ਅਸੀਂ ਸਿਉਣੇ ਕਿੱਧਰ ਰਹੇ, ਅਸੀਂ ਤਾਂ ਆਪਦੇ ਕੱਪੜੇ ਵੀ ਜਿਹੜੇ ਅਸੀਂ ਲੋਕਾਂ ਤੋਂ ਸਵਾਉਣੇ ਹੈਗੇ ਆ ਉੱਥੇ। ਮਤਲਬ ਵੀ ਤੁਹਾਡੇ ਤੁਹਾਡੇ ਬਾਰੇ ਕੁਝ ਗੱਲਾਂ ਗਲਤ ਆ ਰਹੀਆਂ ਹੈਗੀਆਂ ਮੀਡੀਆ ਦੇ ਵਿੱਚ। ਹਾਂ ਜੀ। ਤੇ ਤੁਹਾਨੂੰ ਕਿਸੇ ਨੇ ਉਦੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਬੀਪੀ ਤਿਵਾੜੀ ਨੂੰ ਆਪਦੀ ਗਵਾਹੀ ਦਿੱਤੀ ਹੈ, ਉਦੋਂ ਬਾਅਦ ਤੁਹਾਨੂੰ ਕਿਸੇ ਨੇ ਜਾਨੋਂ ਮਾਰਨ ਦੀ ਜਾਂ ਹੋਰ ਕੋਈ ਕੋਈ ਧਮਕੀ ਜਾਂ ਹੋ ਜੀ ਕੋਈ ਗੱਲਬਾਤ ਹੋਈ ਤੁਹਾਡੇ ਨਾਲ? ਨਹੀਂ, ਮੈਨੂੰ ਕੋਈ ਬਿਲਕੁਲ ਨੀ, ਕੋਈ ਵੀ ਕੋਈ ਨਹੀਂ, ਕੋਈ ਕਿਸੇ ਨੇ ਜਨਮ ਮਰ ਧਮਕੀ ਨਹੀਂ ਦਿੱਤੀ ਕੋਈ ਵੀ, ਨਾ ਮੈਨੂੰ ਕੋਈ ਮੇਰੇ ਤੇ ਕੋਈ ਕੇਸ ਚੱਲਿਆ ਜੀ, ਕਿਉਂਕਿ ਮੇਰੇ ਕੋਲ ਕੋਈ ਚੀਜ਼ ਬਰਾਮਦ ਹੋਈ ਨੀ, ਨਾ ਜੇ ਮੇਰੇ ਕੋਲ ਜਿਹਦਾ ਕੋਈ ਮੇਰੇ ਕੋਲ ਚੀਜ਼ ਕੋਈ ਬਰਾਮਦ ਹੋਈ ਹੁੰਦੀ ਫਿਰ ਮੇਰੇ ਤੇ ਕੇਸ ਚੱਲਦਾ ਕੋਈ? ਮੈਨੂੰ ਤਾਂ ਕਿਸੇ ਨੇ ਮੁੜ ਕੇ ਬਿਲਕੁਲ ਕਿਸੇ ਨੇ ਮੈਨੂੰ ਕੋਈ ਧਮਕੀ ਨਹੀਂ ਦਿੱਤੀ। ਮੈਂ ਨਾ ਮੈਂ ਕਿਤੇ ਆਪਣਾ ਆਪਦੇ ਸ਼ਹਿਰ ਆਪਦੇ ਜਿਹੜਾ ਕਾਰੋਬਾਰ ਕਰਦਾ ਸੀਗਾ ਜਿਹੜੇ ਮੈਂ ਕਰਦਾ ਰਿਹਾ, ਮੈਨੂੰ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ, ਨਾ ਮੈਨੂੰ ਕਿਸੇ ਨੇ ਬੁਲਾਇਆ ਉੱਥੇ ਕਿਸੇ ਨੇ ਜੀ। ਜਿਹੜਾ ਜਿਹੜੇ ਅਫਸਰ ਨੇ ਮੈਨੂੰ ਬੁਲਾਇਆ ਸੀਗਾ ਉਹਨਾਂ ਨੇ ਵੀ ਬੜੇ ਮੈਨੂੰ ਪਿਆਰ ਨਾਲ ਮੈਨੂੰ ਸਾਰਾ ਪੁੱਛਿਆ ਸੀਗਾ, ਪਰ ਉਹਨਾਂ ਮੈਨੂੰ ਧਮਕੀ ਕੋਈ ਨਹੀਂ ਦਿੱਤੀ ਵੀ ਤੈਨੂੰ ਵੀ ਤੈਨੂੰ ਮਾਰ ਦਿਆਂਗੇ ਜਾਂ ਐਂ ਕਰ ਦਿਆਂ ਕਰ ਦਿਆਂਗੇ। ਮੈਨੂੰ ਬਿਲਕੁਲ ਧਮਕੀ ਕਿਸੇ ਨੇ ਦਿੱਤੀ, ਕਿ ਮੈਨੂੰ ਪਤਾ ਸੀ ਮੈਂ ਤਾਂ ਸਾਰੇ ਪਿੰਡ ਨੂੰ ਪਤਾ ਵੀ ਇਹ ਗਰੀਬ ਬੰਦੇ ਤਾਂ ਕਿਸੇ ਨੇ ਛੋਟੇ ਕੁੱਤੇ ਦੇ ਨੇ ਮਰੇ, ਇਹਨਾਂ ਕਿਤੇ ਇਹ ਕਿੱਥੋਂ ਇਹੋ ਜਿਹੇ ਬਣ ਸਕਦੇ ਆ ਜੀ। ਜੀ ਹਰਚੰਦ ਜੀ, ਚਲੋ ਧੰਨਵਾਦ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਦਰਸ਼ਕੋ, ਇਹ ਸੀ ਹਰਚੰਦ ਸਿੰਘ, ਜਿਨ੍ਹਾਂ ਦੀ ਮੁੱਖ ਗਵਾਹੀ ਦੇ ਉੱਤੇ ਆਪਾਂ ਕਹਿ ਦਈਏ ਵੀ ਬੀਪੀ ਤਿਵਾੜੀ ਦੀ ਸਾਰੀ ਰਿਪੋਰਟ ਜਿਹੜੀ ਤਿਆਰ ਹੋਈ ਆ, ਜਾਂ ਜਿਨ੍ਹਾਂ ਦੇ ਸਾਹਮਣੇ ਜਿਹੜੇ ਉਸ ਟਾਈਮ ਜੇਲ੍ਹ ਦੇ ਵਿੱਚ ਆਪਾਂ ਕਹਿ ਦਈਏ ਜਾਂ ਹਵਾਲਾਤ ਦੇ ਵਿੱਚ ਬੰਦ ਸੀ, ਜਿਨ੍ਹਾਂ ਦੇ ਉੱਤੇ ਪੈਰਲਰ ਇਹਨਾਂ ਦਾ ਵੀ ਟੋਰਚਰ ਹੋਇਆ, ਤੇ ਨਾਲ ਦੀ ਨਾਲ ਸ਼ਹੀਦ ਭਾਈ ਗੁਰਦੇਵ ਸਿੰਘ ਜਥੇਦਾਰ ਕੌਂਕੇ ਸਾਹਿਬ ਦਾ, ਉਹਨਾਂ ਦਾ ਵੀ ਜਿਹੜਾ ਅਣਮਨੁੱਖੀ ਤਸ਼ੱਦਦ ਜਾਂ ਅਣਮਨੁੱਖੀ ਤਰੀਕੇ ਨਾਲ ਜਿਹੜਾ ਇਹ ਟੋਰਚਰ ਕੀਤਾ ਗਿਆ, ਜਿਹਦੇ ਵਿੱਚ ਵੱਖੋ ਵੱਖ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਮ ਆਉਂਦੇ ਆ, ਜਾਂ ਪ੍ਰਮੁੱਖ ਤੌਰ ਦੇ ਉੱਤੇ ਸਵਰਨ ਸਿੰਘ ਘੋਟਣਾ ਜਿਹੜਾ SSP ਉਹਦਾ ਨਾਮ ਆਉਂਦਾ ਹੈਗਾ, ਤੇ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚ DSP ਸੋਢੀ ਜਾਂ ਹੋਰ ਬਹੁਤ ਸਾਰੇ ਚੰਨਣ ਸਿੰਘ ਉਹਨਾਂ ਦਾ ਨਾਮ ਆਉਂਦਾ ਹੈਗਾ। ਸੋ ਇੱਕ ਸੱਚਾਈ ਸੀ ਪਹਿਲੀ ਵਾਰ ਕੈਮਰੇ ਦੇ ਉੱਤੇ ਆ ਕੇ ਜਾਂ ਟੈਲੀਫੋਨ ਦੇ ਜ਼ਰੀਏ ਜਿਹੜੇ ਹਰਚੰਦ ਸਿੰਘ ਨੇ, ਇਹਨਾਂ ਦਾ ਜਿਹੜਾ ਪਿੰਡ ਆ ਇਹ ਚੂੜ ਚੱਕ ਪਿੰਡ ਆ, ਜਿਨ੍ਹਾਂ ਨੇ ਪਹਿਲੀ ਵਾਰ ਆ ਕੇ ਇਹ ਸਾਰੀ ਗੱਲਬਾਤ ਲੋਕਾਂ ਦੇ ਸਾਹਮਣੇ ਰੱਖੀ ਆ। ਅਸੀਂ ਇਸ ਗੱਲਬਾਤ ਦੇ ਨਾਲ ਜਾਂ ਇਸ ਪੂਰੇ ਮਾਮਲੇ ਦੇ ਨਾਲ ਬਣੇ ਰਹਾਂਗੇ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।